ਉਹਨਾਂ ਦਾ ਫੇਕ ਇਨਕਾਊਂਟਰ ਹੋਇਆ ਤੇ ਅੱਜ ਤੱਕ ਅਸੀਂ 307 ਦੇ ਪਰਚੇ ਵਿੱਚ ਕਦੇ ਵੀ ਇਨਕਾਊਂਟਰ ਨਹੀਂ ਸੁਣਦਾ। ਛੋਟਾ ਜਿਹਾ ਪਰਚਾ ਸੀ, ਇਹਦੇ ਵਿੱਚ ਸਾਡੇ ਸਮਝੌਤੇ ਦੀ ਗੱਲ ਵੀ ਚੱਲ ਰਹੀ ਸੀ ਤੇ ਉਹਨਾਂ ਨੇ ਜਾਣ ਬੁੱਝ ਕੇ ਪੁਲਿਸ ਨੇ ਉਹਨਾਂ ਦਾ ਇਨਕਾਊਂਟਰ ਕਰਤਾ। ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਇਹਦੇ ਵਿੱਚ। ਕਿਸ ਤਰ੍ਹਾਂ ਉਹ ਜ਼ਿੰਦਗੀ ਆਪਣੀ ਜੀ ਰਹੇ ਸੀ, ਕਿਸ ਤਰ੍ਹਾਂ ਉਹਨਾਂ ਦਾ ਸੁਭਾਅ ਸੀ, ਕਿਸ ਤਰ੍ਹਾਂ ਰਹਿੰਦੇ ਸੀ ਘਰੇ? ਹੁਣ ਉਹ ਸਮਾਜ ਸੇਵੀ ਬਣੇ ਹੋਏ ਸੀ, ਬਲੱਡ ਖੂਨ ਦੇ ਕੈਂਪ ਵੀ ਲਾਏ ਕੁੜੀਆਂ ਦੇ ਵਿਆਹ ਤੇ, ਮੈਡੀਕਲ ਕੈਂਪ ਲਾਏ ਤੇ ਉਹ ਨਸ਼ੇ ਵੀ ਛਡਾਉਂਦੇ ਸੀਗੇ ਤੇ ਹੁਣ ਉਹਨਾਂ ਨੇ ਮੈਂ ਸਿੱਧੇ ਰਸਤੇ ਪਾਵਾਂ ਉਹਦੇ ਗਲਤ ਕੰਮਾਂ ਛੱਡ ਕੇ।